ਕਹਿੰਦੇ ਹੁੰਦੇ ਆ ਮਹਾਰਾਜ ਕਈ ਵਾਰ ਬੋਲ ਕੇ ਕਹਿ ਦੇਣਾ, ਹੋਏ ਅੰਮ੍ਰਿਤ ਪੀਂਦੇ ਪਾਗਾਂ ਵਾਲੇ, ਅੱਜ ਅੰਮ੍ਰਿਤ ਪੀਂਦੇ ਪਾਗਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਂਦੇ ਪਾਗਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਂਦੇ ਪਾਗਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਂਦੇ ਪਾਗਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੱਜ ਅੰਮ੍ਰਿਤ ਪੀਂਦੇ ਕਰਮਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਂਦੇ ਕਰਮਾਂ ਵਾਲੇ ਗੁਰਾਂ ਨੇ ਪੀਮਣ ਜੋਗੇ ਹੈ ਨੀ ਸੌ ਸੌ ਵਕਤ ਗਵਾਇਆ ਹੈ, ਜਿਹੜੇ ਪੀਮਣ ਜੋਗੇ ਹੈ ਨੀ ਸੌ ਸੌ ਵਕਤ ਗਵਾਇਆ ਹੈ, ਭਾਈ ਜਿਹੜੇ ਪੀਮਣ ਜੋਗੇ ਹੈ ਨੀ ਸੌ ਸੌ ਵਕਤ ਗਵਾਇਆ ਹੈ, ਜਿਹੜੇ ਪੀਮਣ ਜੋਗੇ ਹੈ ਨੀ ਸੌ ਸੌ ਵਕਤ ਗਵਾਇਆ ਹੈ, ਅੰਮ੍ਰਿਤ ਪੀਮਣ ਕਰਮਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਮਣ ਕਰਮਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਮਣ ਕਰਮਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ, ਅੰਮ੍ਰਿਤ ਪੀਮਣ ਕਰਮਾਂ ਵਾਲੇ ਗੁਰਾਂ ਨੇ ਮੇ ਬਰਸਾਇਆ ਹੈ। ਜ਼ੋਰ ਲੱਗਣਾ ਮੇਰਾ, ਮੈਂ ਬਸ ਇਸ਼ਾਰਾ ਕਰਨਾ ਤੇ ਸ਼ਬਦ ਵਿੱਚ ਕਿਤੇ ਫਿਰ ਪੂਰਾ ਕਰਾਂਗੇ। ਮੈਂ ਨੇੜੇ ਨੇੜੇ ਜਾਣਾ ਮਹਾਰਾਜ ਦੇ ਕੋਲ, ਮੈਂ ਚਲਾ ਗਿਆ ਇੱਕ ਵਾਰ ਗਊਆਂ ਵਾਲੇ ਦੇ ਕੋਲ, ਉਹ ਕਹੇ ਤੂੰ ਕਿੱਦਾਂ ਆ ਗਿਆ, ਮੈਂ ਕਿਹਾ ਮਹਾਰਾਜ ਜ਼ਰੂਰਤ ਨਾਲ ਕੋਈ ਆਉਂਦਾ, ਤੈਨੂੰ ਕਹੇ ਕਿਆ ਭਾਰੀ ਪੈ ਗਈ ਕਮਲਿਆ, ਕਿਆ ਇੱਦਾਂ ਦੀ ਜ਼ਰੂਰਤ ਪੈ ਗਈ ਤੈਨੂੰ, ਮੈਂ ਕਿਹਾ ਮੈਂ ਐਵੇਂ ਨਾ ਡਰ ਜਾਈ ਕਿਤੇ, ਵੀ ਖਬਰ ਹੈ ਮੈਨੂੰ ਕਿਆ ਹੀ ਸਵਾਲ ਪਾ ਦੇਣਾ, ਕਹਿ ਫਿਰ ਆਇਆ ਆਇਆ ਕਰੂੰਗਾ ਤਾਂ ਸਹੀ, ਤੂੰ ਕੁਛ ਇੱਦਾਂ ਤਾਂ ਜਾਂਦਾ ਨਹੀਂ ਤੂੰ, ਉਹ ਤੇ ਮੰਗਣਾ ਕੁਛ ਨਹੀਂ ਮੁਫਤ ਨੌਕਰੀ ਕਰਨੀ ਤੇਰੀ ਹੈ, ਤੇ ਮੰਗਣਾ ਕੁਛ ਨੀ ਮੁਫਤ ਨੌਕਰੀ ਕਰਨੀ ਤੇਰੀ ਹੈ, ਮੰਗਣਾ ਕੁਛ ਨੀ ਮੁਫਤ ਨੌਕਰੀ ਕਰਨੀ ਤੇਰੀ ਹੈ, ਤੇ ਮੰਗਣਾ ਕੁਛ ਨੀ ਮੁਫਤ ਨੌਕਰੀ ਕਰਨੀ ਤੇਰੀ ਹੈ, ਨੌਕਰੀ ਕਰਨੀ ਗਊਆਂ ਵਾਲਿਆ ਕਰਨੀ ਵੀ ਤੇਰੀ ਹੈ, ਨੌਕਰੀ ਕਰਨੀ ਗਊਆਂ ਵਾਲਿਆ ਕਰਨੀ ਵੀ ਤੇਰੀ ਹੈ, ਮੈਂ ਨੌਕਰੀ ਕਰਨੀ ਗਊਆਂ ਵਾਲਿਆ ਕਰਨੀ ਵੀ ਤੇਰੀ ਹੈ, ਨੌਕਰੀ ਕਰਨੀ ਗਊਆਂ ਵਾਲਿਆ ਕਰਨੀ ਵੀ ਤੇਰੀ ਹੈ, ਸਾਡੇ ਕੋਲ ਤਾਂ ਕੋਈ ਇੱਦਾਂ ਦਾ ਕੰਮ ਹੀ ਨਹੀਂ ਭੋਲਿਆ ਜਿੱਥੇ ਤੈਨੂੰ ਰੱਖ ਲਈ ਹੈ, ਮਹਾਸ਼ਹਿਨਸ਼ਾਹ ਮੈਂ ਨਹੀਂ ਕੁਛ ਵੀ ਮੰਗਣਾ, ਕਾਹਨੂੰ ਤੁਸੀਂ ਸੋਚ ਹੀ ਪੈ ਗਏ, ਫਿਰ ਤੂੰ ਕਾਹਦੇ ਕਰਦਾ ਨੌਕਰੀ, ਕਿਆ ਮਜਬੂਰੀ ਹੈ, ਸ਼ਹਿਨਸ਼ਾਹ
ਮੈਨੂੰ ਕੁਛ ਨੀ ਲੱਜਿਆ ਜਗ ਤੇ ਛਾਣੀ ਖਾਕ ਬਥੇਰੀ ਹੈ, ਮੈਨੂੰ ਕੁਛ ਨੀ ਲੱਜਿਆ ਜਗ ਤੇ ਛਾਣੀ ਖਾਕ ਬਥੇਰੀ ਹੈ। ਕੁਛ ਨੀ ਲੱਭਿਆ ਜਗ ਤੇ ਹੈ ਛਾਣੀ ਖਾਕ ਬਥੇਰੀ ਹੈ, ਕੁਛ ਨੀ ਲੱਭਿਆ ਜਗ ਤੇ ਛਾਣੀ ਖਾਕ ਬਥੇਰੀ ਹੈ, ਮੈਨੂੰ ਕੁਛ ਨੀ ਲੱਭਿਆ ਜਗ ਤੇ ਛਾਣੀ ਖਾਕ ਬਥੇਰੀ ਹੈ, ਮੈਨੂੰ ਕੁਛ ਨੀ ਲੱਭਿਆ ਜਗ ਤੇ ਛਾਣੀ ਖਾਕ ਬਥੇਰੀ ਹੈ। ਤੇ ਤੇ ਕੁਛ ਨੀ ਮੰਗਣਾ ਮੁਫਤ ਨੌਕਰੀ ਕਰਨੀ ਤੇਰੀ ਹੈ, ਮੈਂ ਕਹਿ ਤੋ ਕੁਛ ਨੀ ਮੰਗਣਾ ਮੁਫਤ ਨੌਕਰੀ ਕਰਨੀ ਤੇਰੀ ਹੈ, ਪਾਲੇ ਬੀਜ ਲਗਾ ਕੇ ਖਾਦਾ 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 ਮੈਂ ਪਾਲੇ ਬੀਜ ਲਗਾ ਕੇ ਖਾਦਾ ਪਾਲੇ ਬੀਜ ਲਗਾ ਕੇ ਖਾਦਾ ਮੈਨੂੰ ਦਿੱਤਾ ਡੋਵ ਸਵਾਦਾ ਮੈਨੂੰ ਦਿੱਤਾ ਡੋਵ ਸਵਾਦਾ ਮੈਨੂੰ ਰੁਕ ਭਾਈ ਇੱਥੇ ਕਿਆ ਗੱਲ ਕਹੀ ਮਹਾਂ ਸ਼ਾਹ, ਮੈਂ ਕਿੱਦਾਂ ਬੀ ਪਾਲੇ ਖਾਦਾਂ ਲੱਗ ਕਿਹੜੇ ਬੀ ਸਮਝ ਗਏ, ਆ ਜਿਹੜੇ ਗੋਦੀਆਂ ਦੇ ਵਿੱਚ ਕਰਦੇ ਨੀ ਕਰਦੇ, ਮਾੜੀ ਜਿਹੀ ਤਕਲੀਫ ਹੋ ਜਾਵੇ ਤਾਂ ਨੱਥ ਲੈਂਦੇ ਹਾਏ ਰੱਬਾ ਮੈਨੂੰ ਹੋ ਜਾਤੀ ਈ ਖਾਣਾ ਗਾਲ ਬਿੰਗੋ। ਸ਼ਹਿਨਸ਼ਾਹ ਮੈਂ ਉਹਨਾਂ ਬੀਜਾਂ ਨੂੰ ਪਾਲਦਾ ਖਾਦਾਂ ਲਾਈਆਂ, ਪਾਲੇ ਖਾਦਾਂ ਹੀ ਲਾਉਂਦੇ ਜਾਂ ਦੂਧ ਲਾ ਦੇ ਅੱਧੀ ਕਿਲੋ ਆਪ ਚਾਹ ਵਿੱਚ ਵੀ ਨਹੀਂ ਬਣ, ਬੋਲੋ ਬੰਦੀ ਛੋ ਇਹ ਬੀ ਹੀ ਹੈ ਖਾਦੇ ਲੱਗਦੀ, ਹੁਣ ਦਵਾਈ ਲਿਆ ਮੋਟਾ ਕਰਨ ਕੀ ਦਿਲ ਕਮਜ਼ੋਰ ਹੈ। ਕਹਿ ਫਿਰ ਮੈਂ ਤਾਂ ਡਰਦਾ ਦਾਤਾ ਮੈਂ ਪਾਲੇ ਬੀਜ ਲਗਾ ਕੇ ਖਾਦਾਂ ਮੈਨੂੰ ਦਿੱਤਾ ਡੋਬ ਸਵਾਦਾਂ, ਉਹ ਹੈ ਮੈਂ ਕਿਹਾ ਹਾਂ ਮਹਾਰਾਜ, ਮੈਂ ਉਮਰ ਗਵਾ ਲਈ ਫੁੱਲ ਫੁੱਲ ਨਰਕਾਂਦੀ ਤੇਰੀ ਹੈ, ਮੈਂ ਉਮਰ ਗਵਾ ਲਈ ਫੁੱਲ ਫੁੱਲ ਨਰਕਾਂਦੀ ਤੇਰੀ ਹੈ, ਫੁੱਲ ਨਰਕਾਂਦੀ ਤੇਰੀ ਹੈ, ਐਵੇਂ ਉਮਰ ਗਵਾ ਲਈ ਫੁੱਲ ਫੁੱਲ ਨਰਕਾਂਦੀ ਤੇਰੀ ਹੈ। ਹੁਣ ਨੌਕਰੀ ਕਰਨੀ ਪ੍ਰੀਤਮ ਪਿਆਰਿਆ ਕਰਨੀ ਵੀ ਤੇਰੀ ਹੈ, ਨੌਕਰੀ ਕਰਨੀ ਪ੍ਰੀਤਮ ਪਿਆਰਿਆ ਕਰਨੀ ਵੀ ਤੇਰੀ ਹੈ, ਨੌਕਰੀ ਮਾਇਆ ਜਾਲ ਗਲ ਪਾਏ ਮੈਂ ਮੋ ਮਾਇਆ ਨਾਗ ਗਲ ਪਾਏ, ਮੈਂ ਮੋ ਮਾਇਆ ਨਾਗ ਗਲ ਪਾਏ ਮੈਂ ਮੋ ਮਾਇਆ ਨਾਗ ਗਲ ਪਾਏ, ਮੈਂ ਮੋ ਮੈਂ ਰੋਵਾਂ ਜਦ ਡੰਗ ਚਲਾਏ ਮੈਂ ਰੋਵਾਂ ਜਦ ਡੰਗ ਚਲਾਏ, ਮਹਾਰਾਜ
ਇਹ ਨਾਗ ਮੇਰੇ ਡੰਗ ਮਾਰਦੇ, ਮੈਂ ਬਹੁਤ ਰੋਂਦਾ। ਇਹ ਨਾਗ ਵੀ ਹੈ, ਜਦ ਇਹਨਾਂ ਨੂੰ ਕੋਈ ਤਕਲੀਫ ਹੁੰਦੀ, ਰਾਤ ਬਰਾਤਾ ਹੋਵੇ, ਉਸ ਟਾਈਮ ਅੱਖਾਂ 'ਚੋਂ ਪਾਣੀ ਨਿਕਲ ਜਾਂਦਾ, ਇਹ ਮਹਾਰਾਜ ਇਹਨੂੰ ਬਖਸ਼ਦੇ, ਮੈਨੂੰ ਦੁੱਖ ਲਾ ਦੇ। ਉਸ ਟਾਈਮ ਮੈਨੂੰ ਨਾ ਧਰਤੀ ਚੱਲਦੀ, ਨਾ ਅਸਮਾਨ ਚੱਲਦੀ, ਮੈਂ ਸਿਰਫ ਤੈਨੂੰ ਯਾਦ ਕਰਦਾ। ਮੈਂ ਰੋਵਾਂ ਜਦ ਡੰਗ ਚਲਾਏ, ਤੁਸੀਂ ਇੰਨੀ ਕਿਰਪਾ ਕਰਦੇ ਹੋ ਮੇਰੇ ਪਰ। ਕਹਿੰਦੇ ਬੋਲ ਕਿਆ? ਆ ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ, ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ। ਬਸ ਮੈਨੂੰ ਇੱਥੇ ਦੇ ਬਚਾ ਲਿਆ, ਇਹਨਾਂ ਸ਼ਿਕਾਰੀਆਂ ਨੇ ਮੇਰੇ ਪਰ ਜਾਲ ਸਿੱਟਿਆ ਵਾ, ਮੈਂ ਨਾ ਆੜਦਾ ਹੁਣ ਨਾ ਪਾੜਦਾ, ਇੰਨੀ ਕੁ ਮਿਹਰਬਾਨੀ ਕਰਦੇ। ਆ ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ, ਇਹ ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ, ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ, ਤੇਰੀ ਕੂੰਜ ਪਕੜ ਲਈ ਪਾ ਕੇ ਜਾਲ ਸ਼ਿਕਾਰੀਆਂ ਘੇਰੀ ਹੈ। ਉਹ ਟੱਟੇ ਮੰਗਣਾ ਕੁਛ ਨਹੀਂ, ਮੁਫਤ ਨੌਕਰੀ ਕਰਨੀ ਤੇਰੀ ਹੈ, ਟੱਟੇ ਮੰਗਣਾ ਕੁਛ ਨਹੀਂ, ਮੁਫਤ ਨੌਕਰੀ ਕਰਨੀ ਤੇਰੀ ਹੈ। ਹੁਣ ਵਰਦੀ ਹਰੀ ਨਾਮ ਦੀ ਪਾ ਦੇ, ਵਰਦੀ ਹਰੀ ਨਾਮ ਦੀ ਪਾ ਦੇ, ਵਰਦੀ ਮੇਰਾ ਵਰਦੀ ਹਰੀ ਨਾਮ ਦੀ ਪਾ ਦੇ, ਵਰਦੀ ਹਰੀ ਨਾਮ ਦੀ ਪਾ ਦੇ, ਵਰਦੀ ਹਰੀ ਨਾਮ ਦੀ ਪਾ ਦੇ, ਵਰਦੀ ਹਰੀ ਨਾਮ ਦੀ ਪਾ ਦੇ। ਉਹ ਨੈਣੀ ਸੁਰਮਾ ਨਾਮ ਦਾ ਲਾ ਦੇ, ਨੈਣੀ ਸੁਰਮਾ ਨਾਮ ਦਾ ਲਾ ਦੇ, ਸੇਵਾਦਾਰ ਬਣਾ ਲੈ ਰਕਬੇ ਦਾ, ਮੈਂ ਅਰਜੀ ਮੇਰੀ ਹੈ, ਸੇਵਾਦਾਰ ਬਣਾ ਲੈ ਰਕਬੇ ਦਾ, ਇਹ ਅਰਜੀ ਮੈਨੂੰ, ਸੇਵਾਦਾਰ ਬਣਾ ਲੈ ਰਕਬੇ ਦਾ, ਇਹ ਅਰਜੀ ਮੇਰੀ ਹੈ, ਸੇਵਾਦਾਰ ਬਣਾ ਲੈ ਚਰਨਾ ਦਾ, ਇਹ ਅਰਜੀ ਮੇਰੀ ਹੈ। ਮੰਗਣਾ ਕੁਛ ਨਹੀਂ, ਮੁਫਤ ਨੌਕਰੀ ਕਰਨੀ ਤੇਰੀ ਹੈ, ਤੇ ਮੰਗਣਾ ਕੁਛ ਨਹੀਂ, ਮੁਫਤ ਨੌਕਰੀ ਕਰਨੀ ਤੇਰੀ ਹੈ। ਵਾਹ, ਹੁਣ ਨੌਕਰੀ ਕਰਨੀ ਗੁਆ ਵਾਇਆ, ਕਰਨੀ ਵੀ ਤੇਰੀ ਹੈ, ਨੌਕਰੀ ਕਰਨੀ ਗੁਆ ਵਾਇਆ, ਕਰਨੀ ਵੀ ਤੇਰੀ ਹੈ। ਗਵਾ ਲਈ ਭੋਲ ਭੋਲ ਨਰਕਾਂ ਦੀ ਡੇਰੀ ਹੈ, ਐਵੇਂ ਉਮਰ ਗਵਾ ਲਈ ਭੋਲ ਭੋਲ ਨਰਕਾਂ ਦੀ ਡੇਰੀ ਹੈ, ਮੈਂ ਨਰਕਾਂ ਦੀ ਡੇਰੀ ਹੈ। ਬੋਲ ਬੰਦੀ ਛੋੜ, ਫਿਰ ਆਮ ਅੱਛਾ ਸਾਨੂੰ ਨੀਂਦ ਨਹੀਂ ਹਲੇ ਆਪਦੀ ਹੈ।
ਬਸ ਕਰੋ, ਲੋਕਾਂ ਨੇ ਸੁੱਤਾ ਪਿਆ ਨੇ ਗਾਲ ਵੀ ਕਰਨੀ, ਮੈਨੂੰ ਕਹਿਣਾ ਕੁੱਤਾ ਕਿੱਥੇ ਲੱਗ ਪਿਆ ਭੌਂਕਣ ਆ ਕੇ। ਮਹਾਰਾਜ ਇੱਕ ਵਾਰ ਆਚਾਰੀਆ ਜੀ ਨਾ ਚੁੱਪ ਸਿਖਰ ਦੁਪਹਿਰਾ ਅਚਾਨਕ ਚਲੇ ਗਏ, ਕੀ ਦੀਨ ਦਿਆਲੂ ਤਾਂ ਹੈ ਨੇ ਇਹ, ਸੱਤ ਹੈ ਜੀ, ਕੋਈ ਲੈ ਗਿਆ ਪਾ ਪਾ ਕੇ ਬੜਾ ਜ਼ਿਆਦਾ ਮੋਹਰੀ ਹੁੰਦਾ, ਆਹ ਸਤਿਗੁਰੂ ਮੇਰੇ ਆਇਆ, ਚਲੋ ਭਾਈ ਚੱਲਦੇ ਹੀ ਜਾਣਾ। ਜਾਂਦੇ ਜਾਂਦੇ ਕਹਿੰਦੇ ਉਹ ਇਹਦਾ ਘਰ ਕਿੱਥੇ? ਮਹਾਰਾਜ ਮੇਰਾ ਨਾਲ ਹੈ ਗਰੀਬ ਦਾ, ਗਰੀਬ ਬਣੀ ਤੀ ਉਹ ਵਿਚਾਰੀ, ਚਰਨ ਪਾ ਦਿਓ ਮੇਰੇ ਵੀ। ਕਹਿੰਦੇ ਚੱਲ ਭਾਈ ਤੇਰੇ ਜ਼ਰੂਰ ਜਾ ਕੇ ਆਉਣਾ। ਹੁਣ ਉਹਦੇ ਘਰ ਦੇ ਅੱਗੇ ਬੈਠੇ ਕੁੰਡਾ ਕੰਡਾ ਲਾ ਕੇ ਮਾਈ ਬੁੱਢੀ ਸਾਸੂ ਦੀ, ਮਹਾਰਾਜ ਜੀ ਚਲੇ ਗਏ। ਹੁਣ ਪਿੱਛੇ ਤੁਰਨਾ ਤਾਂ ਮਹਾਰਾਜ ਦੇ ਜਾ ਕੇ ਕਹਿੰਦੇ ਇਹ ਬੀਬੀ ਤੇਰੇ ਘਰ ਉਹ ਹੈ? ਕਹੇ ਹਾਂ ਸਤਿਗੁਰੂ ਇਹੀ ਹੈ ਮੇਰਾ ਘਰ। ਕੁੰਡੇ ਨੂੰ ਹੱਥ ਮਾਰ ਤੋ ਜਾ, ਬਸ ਦੇਖਿਆ ਉਹਨੇ ਕੁੰਡਾ ਖੋਲਿਆ, ਮਾਈ ਨੇ ਜਾਂ ਦੇਖਦੀ ਹੈਰਾਨ ਪਰੇਸ਼ਾਨ, ਕਿਹਾ ਹੈ ਪ੍ਰਭੂ ਜਿੱਦਾਂ ਉਹ ਕ੍ਰਿਸ਼ਨ ਭਗਵਾਨ ਨੇ ਕੁੰਡਾ ਖੜਕਾਇਆ ਤਾਂ ਜਾ ਕੇ ਬਿਦੜ ਦੇ ਘਰ ਜਾ ਕੇ ਬਿਦਰਾਣੀ ਦਾ, ਉਹ ਦੇਖ ਕੇ ਹੈਰਾਨ ਹੋ ਗਈ, ਕਹਿੰਦੀ ਪ੍ਰਭੂ ਤੈਨੂੰ ਕਿਤੇ ਚੇਤਾ ਆ ਮੇਰੇ ਪਿਆਰ ਦਾ, ਤੁਸੀਂ ਕਿੱਥੇ ਅੱਜ ਗਰੀਬਾਂ ਦੇ ਚਰਨ ਪਾ ਦਿੱਤੇ? ਉਹ ਕੰਮ ਇਹਨਾਂ ਨੇ ਕੀਤਾ, ਉਹ ਹੈਰਾਨ ਹੋ ਗਈ ਦੇਖ ਕੇ। ਆਹ ਹਾ ਹਾ ਹਾ, ਕਹਿੰਦੇ ਮਾਈ ਆਹ ਦਰਵਾਜ਼ਾ ਖੋਲ ਦੇਣਾ। ਉਹ ਬਸ ਉਹ ਮਾਈ ਨੇ ਦਰਵਾਜ਼ਾ ਕਿੱਥੇ ਖੋਲਣਾ, ਤਾਂ ਹੋ ਗਈ ਉਹ ਤਾਂ ਦੀਵਾਨੀ ਮਸਤ ਹੋ ਗਈ ਦਰਸ਼ਨ ਕਰਕੇ। ਕਹਿੰਦੀ ਉਹ ਦੇਖੋ ਦੇਖੋ ਜੀ ਕਰਤਾ ਦੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਵਾਹ ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ। ਉਹ ਸਿਖਰ ਦੁਪਹਿਰੇ ਕੁੰਡਾ ਕਰਮਾ ਵਾਲੇ ਅੱਧਾ ਖੜਕਾਇਆ ਹੈ, ਸਿਖਰ ਦੁਪਹਿਰੇ ਕੁੰਡਾ ਭਾਗਾਂ ਵਾਲੇ ਅੱਧਾ ਖੜਕਾਇਆ ਹੈ, ਦੇਖੋ ਦੇਖੋ ਨੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਨੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਨੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਨੀ ਕਰ ਸਾਡੇ ਕੌਣ ਪਰੌਣਾ ਆਇਆ ਹੈ। ਉਹ ਸਾਡੇ ਬੂਹੇ ਅਲਕ ਜਗਾਈ, ਸਾਡੇ ਬੂਹੇ ਅਲਕ ਜਗਾਈ, ਸਾਡੇ ਸਾਡੇ ਬੂਹੇ ਅਲਕ ਜਗਾਈ, ਸਾਡੇ ਬੂਹੇ ਅਲਕ ਜਗਾਈ, ਫਿਰ ਸੱਤ ਸਾਹਿਬ ਬਲਾਈ, ਸੱਤ ਸਾਹਿਬ ਬਲਾਈ, ਉਹ ਕਾਲੀ ਚਿੱਪੀ ਗਲ ਵਿੱਚ ਮਾਲਾ ਪਗਮਾ ਚੋਲਾ ਪਾਇਆ ਹੈ, ਕਾਲੀ ਚਿੱਪੀ ਗਲ ਵਿੱਚ ਮਾਲਾ ਪਗਮਾ ਚੋਲਾ ਪਾਇਆ ਹੈ, ਕਾਲੀ ਚਿੱਪੀ ਗਲ ਵਿੱਚ ਮਾਲਾ ਪਗਮਾ ਚੋਲਾ ਪਾਇਆ ਹੈ, ਕਾਲੀ ਚਿੱਪੀ ਗਲ ਵਿੱਚ ਮਾਲਾ ਪਗਮਾ ਚੋਲਾ ਪਾਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰੌਣਾ।
ਪਤਾਨੀ ਕਿਹੜੇ ਦੇਸੋਂ ਆਏ, ਪਤਾਨੀ ਕਿਹੜੇ ਦੇਸੋਂ ਆਇਆ, ਪਤਾਨੀ ਕਿਹੜੇ ਦੇਸੋਂ ਆਇਆ, ਪਤਾਨੀ ਕਿਹੜੇ ਦੇਸੋਂ ਆਇਆ, ਅੱਜ ਦੁਖੀਆਂ ਤੇ ਰਹਿਮ ਕਮਾਇਆ, ਅੱਜ ਦੁਖੀਆਂ ਤੇ ਰਹਿਮ ਕਮਾਇਆ, ਲਾਲ ਗੁਲਾਬਾਂ ਵਰਗਾ ਮੁਖੜਾ ਚੰਦੋ ਰੂਪ ਸਵਾਇਆ ਹੈ, ਲਾਲ ਗੁਲਾਬਾਂ ਵਰਗਾ ਮੁਖੜਾ ਚੰਦੋ ਰੂਪ ਸਵਾਇਆ ਹੈ, ਉਹ ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰਾਉਣਾ ਆਇਆ ਹੈ, ਦੇਖੋ ਦੇਖੋ ਜੀ ਕਰ ਸਾਡੇ ਕੌਣ ਪਰਾਉਣਾ ਆਇਆ, ਸੋਹਣਾ ਚੰਨ ਸਰੂ ਦਾ ਬੂਟਾ, ਸੋਹਣਾ ਚੰਨ ਸਰੂ ਦਾ ਬੂਟਾ, ਇਹਦਾ ਲੱਗਦਾ ਨਾਮ ਕੋਈ ਉੱਚਾ, ਇਹਦਾ ਲੱਗਦਾ ਨਾਮ ਕੋਈ ਉੱਚਾ, ਉਹ ਕਿੰਨੀ ਭਾਗਾਂ ਵਾਲੀ ਅੰਬੜੀ ਜੇ ਨੇ ਗੋਦ ਖੜਾਇਆ ਹੈ, ਕਿੰਨੀ ਭਾਗਾਂ ਵਾਲੀ ਅੰਬੜੀ ਜੇ ਨੇ ਗੋਦ ਖੜਾਇਆ ਹੈ, ਹਾਏ ਉਹ ਤਾਂ ਕਰਮਾਂ ਵਾਲੀ ਅੰਬੜੀ ਜੇ ਨੇ ਗੋਦ ਕਢਾਇਆ ਹੈ, ਉਹ ਤਾਂ ਕਰਮਾਂ ਵਾਲੀ ਅੰਬੜੀ ਜੇ ਨੇ ਗੋਦ ਕਢਾਇਆ ਹੈ, ਹੋਠ ਗੁਲਾਬੀ ਖੋਲੇ ਜਾਦੇ, ਹੋਠ ਗੁਲਾਬੀ ਖੋਲੇ ਜਾਦੇ, ਜਦੇ ਹੋਠ ਗੁਲਾਬੀ ਖੋਲੇ, ਜਦੇ ਹੋਠ ਗੁਲਾਬੀ ਖੋਲੇ, ਫਿਰ ਜੈ ਜੈ ਰਕਬੇ ਵਾਲੇ ਦੀ ਬੋਲੇ, ਜੈ ਜੈ ਰਕਬੇ ਵਾਲੇ ਦੀ ਬੋਲੇ, ਰਕਬੇ ਵਾਲੇ ਦੀ ਜੈ ਜੈ ਹੋ ਰਹੀ ਉੱਥੇ, ਕਹਿੰਦੀ ਮੈਨੂੰ ਐਂ ਲੱਗਦਾ ਵੀ ਇਹ ਕਿਰਪਾ ਕਿੱਦਾਂ ਕੀਤੀ, ਕਿਹਨੇ ਕਰਤੀ, ਉਹ ਮੈਨੂੰ ਲੱਗਦਾ ਗਊਆਂ ਵਾਲੇ ਨੇ ਕੋਈ ਖੇਲ ਦਿਖਾਇਆ ਹੈ, ਮੈਨੂੰ ਲੱਗਦਾ ਗਊਆਂ ਵਾਲੇ ਨੇ ਕੋਈ ਖੇਲ ਰਚਾਇਆ ਹੈ, ਉਹ ਸਿਖਰ ਦੁਪਹਿਰੇ ਕੁੰਡਾ ਕਰਮਾਂ ਵਾਲਿਆਂ ਦਾ ਖੜਕਾਇਆ ਹੈ,
ਦੁਪਹਿਰਾ ਗੁੰਡਾ ਕਰਮਾਂ ਵਾਲਿਆਂ ਦਾ ਕੜਕਾਇਆ ਦੇਖੋ ਜੀ ਕਰ ਸਾਡੇ ਕੌਣ ਪਰਾਉਣਾ ਆਇਆ ਭਾਈ ਦੇਖੋ ਪਰਾਉਣਾ ਆਇਆ ਬੋਲੋ ਬੰਦੀ ਛੋੜ ਮਹਾਰਾਜ ਗਊਆਂ ਵਾਲੀ ਸਰਕਾਰ ਕੀ ਕਾਸ਼ੀ ਵਾਲੇ ਮਹਾਰਾਜ ਕੀ ਸਵਾਮੀ ਗੰਗਾਨੰਦ ਜੀ ਮਹਾਰਾਜ ਕੀ ਬਈ ਬੇਨਤੀ ਏਦਾਂ ਜੇ ਹੁਣ ਮੈਂ ਕੰਮ ਸ਼ੁਰੂ ਕਰਤਾ ਲੈਣ ਤੇ ਮੈਨੂੰ ਲੱਗਦਾ ਪਟਾ ਚੜ ਗਿਆ ਏਦਾਂ ਨੀ ਮੁੱਕਣਾ ਕਈ ਰਾਤਾਂ ਜੇ ਕਹਿਣ ਤਾਂ ਮੈਂ ਗੁੱਗੇ ਦਾ ਵੀ ਕਿਲੋ ਗੱਲ ਮਾ ਪਹਿਲਾਂ ਚੱਲਣ ਦੇ ਦੋ ਕੋ ਫਿਰ ਬਹੁਤ ਟਾਈਮ ਲੱਗਣਾ ਨਹੀਂ ਪਹਿਲਾਂ ਦੋ ਕੇ ਚੱਲ ਕੇ ਫਿਰ ਗੁੱਗੇ ਦਾ ਲਾਸਟ ਨਹੀਂ ਉਹ ਲਾਣਾ ਹੈ ਦੋ ਤਿੰਨ ਗੁੱਗੇ ਦੇ ਵੀ ਲਾਣ ਦੇ ਵਿੱਚ ਫਿਰ ਕਹੂੰਗਾ ਲਾ ਦੂੰਗਾ ਇੱਕ ਉਹ ਲਾਣਾ ਉਹ ਜਿਹੜਾ ਅਸਲ ਹੈਗਾ ਉਹ ਜੇ ਤੇ ਸੁਣੀਆਂ ਨਾ ਫਿਰ ਉਹ ਨਹੀਂ 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 ਏਦਾਂ ਨੀ ਕੋਈ ਗੱਲ ਨੀ ਇਹ ਤਾਂ ਤੁਹਾਡਾ ਘਰ ਦਾ ਕੁੱਤਾ ਹੈ ਜਾਂ ਮਰਜ਼ੀ ਲਿਆਓ ਕੋਈ ਮਿਹਨਤ ਨੀ ਕਰਨ ਦੀ ਲੋੜ ਹੁਕਮ ਕਰੋ ਹਾਜ਼ਰ ਜੈ ਬੰਦੀ ਤੂੰ ਸਾਡਾ ਚੇਲਾ ਤੂੰ ਸਾਡਾ ਕੁੱਤਾ ਨਾ ਕਹੀਆ ਤੂੰ ਤਾਂ ਸਾਡਾ ਚੇਲਾ ਸਾਡੇ ਸਿਰ ਦੇ ਤਾਜ ਹੈ ਚੇਲਾ ਜਦ ਹੁੰਦਾ ਜਦ ਚੇਲੇ ਆਈ ਜਗ੍ਹਾ ਤੇ ਹੁੰਦਾ ਹੁਣ ਮੈਂ ਯਾਦ ਜਾਂ ਬਾਰਾ ਫਿਰਦਾ ਨਾ ਕੁੱਤਾ ਹੈ ਬੋਲੋ ਬੰਦੀ ਛੋੜ ਕਈਆਂ ਨੂੰ ਬੜਾ ਅੱਛਾ ਲੱਗਦਾ ਬੋਲਦਾ ਕਈਆਂ ਨੂੰ ਐਸਾ ਹੁੰਦਾ ਪਰੇਸ਼ਾਨੀ ਥੋੜ੍ਹੀ ਹੋ ਜਾਂਦੀ ਹੈ ਕਿਉਂਕਿ ਉਹ ਅੱਜ ਕੱਲ੍ਹ ਸਮਾਂ ਇੱਦਾਂ ਦਾ ਇਸ ਕਰਕੇ ਮੈਨੂੰ ਥੋੜ੍ਹਾ ਹੋ ਜਾਂਦਾ ਮੈਂ ਕਿਉਂ ਕਿਸੇ ਦਾ ਮਨ ਤੰਗ ਕਰਾਂ ਮੈਂ ਘਰੀ ਮੰਜੇ ਪਰ ਬੈਠਾ ਗਾਲਿਆ ਕਰਦਾ ਉੱਥੇ ਸਿੱਠਣੀਆਂ ਦਿਲ ਨਾ ਗਊਆਂ ਵਾਲੇ ਨੂੰ ਹੋਰ ਅੱਜ ਇੱਥੇ ਵੀ ਦੇਦੇ ਸਾਡੇ ਸਾਹਮਣੇ ਮਹਾਰਾਜ ਬੈਠੇ ਮਗਰ ਤੈਨੂੰ ਮੇਰੀਆਂ ਅਰਜ਼ਾਂ ਕਬੂਲ ਕਰਨੀਆਂ ਕਿ ਨਹੀਂ ਕਰਨੀਆਂ ਦੱਸ ਦੇ ਜੇ ਪਾਸ ਹੋ ਗਈਆਂ ਜਾਂ ਹਾਲੇ ਕਸਰ ਰਹਿ ਗਈ ਕਹਿੰਦਾ ਕਿਆ ਮੈਂ ਤਾਂ ਸਮਝਿਆ ਨੀ ਗੱਲ ਓ ਸਤਿਗੁਰ ਪਿਆਰੇ ਅਜੇ ਤੇ ਸੁਣੀਆਂ ਨਾ ਫਰਿਆਦਾਂ ਮੇਰੀਆਂ ਸਤਿਗੁਰ ਪਿਆਰੇ ਅਜੇ ਤੇ ਸੁਣੀਆਂ ਨਾ ਫਰਿਆਦਾਂ ਮੇਰੀਆਂ ਸਤਿਗੁਰ ਬੋਲੋ ਓ ਗਊਆਂ ਵਾਲੇ ਅਜੇ ਤੇ ਸੁਣੀਆਂ ਨਾ ਫਰਿਆਦਾਂ ਮੇਰੀਆਂ ਗਊਆਂ ਵਾਲੇ ਅਜੇ ਤੇ ਸੁਣੀਆਂ ਨਾ ਫਰਿਆਦਾਂ ਮੇਰੀਆਂ ਗਊਆਂ ਯਾਰ ਰੁਕ ਜਾ ਮੈਂ ਤਾਂ ਹਜੇ ਇੰਨਾ ਭੌਂਕਦਾ ਕੱਲਾ ਤੂੰ ਹੁਣ ਇਹਨਾਂ ਠਿਆ ਲੱਗੀ ਪਾਉਣੇ ਇਹਨੂੰ ਜਾਂ ਤਾਂ ਹਲਾਈ ਕੱਢ ਲੈਂਦੇ ਪੂਰੀ ਅਸੀਂ ਭਲਿਆ ਮਾਨ ਸਾਹਿਬ ਪਾਣੀ ਪੀਣਾ ਅਸੀਂ ਬੇਹੋਸ਼ ਲੱਗੇ ਹੁਣ ਸਾਰਾ ਰੰਗ ਪਾਣੀ ਚਲਾ ਜਾਂਦਾ ਬੇਮਤਲਬ ਰੁਕ ਲੈ ਮੈਂ ਅਰਜ਼ ਕੀਤੀ ਸ਼ਹਿਨਸ਼ਾਹ ਜੇ ਤਾਂ ਮੇਰੀਆਂ ਫਰਿਆਦਾਂ ਨਾ ਸੁਣੀਆਂ ਕਹਿ ਫਿਰ ਤੂੰ ਕੇਸ ਕਰੂੰਗਾ ਮੈਂ ਕਿਹਾ ਮਾਰਾ ਨਹੀਂ ਕੇਸ ਨਹੀਂ ਹੋਰ ਤੂੰ ਕਿਆ ਕਰੂੰਗਾ ਤੂੰ ਮਿਹਣੇ ਦੇਦਾਂ ਮਾਰਦਾ ਸਤਿਗੁਰੂ ਮੇਰਾ ਕੁਛ ਨਹੀਂ ਜਾਣਾ ਕਹਿ ਹੈ ਉਹ ਮੇਰਾ ਕੁਛ ਨਹੀਂ ਜਾਣਾ ਦੁਨੀਆ ਕਰੂੰ ਬੜਾਈਆਂ ਤੇਰੀਆਂ 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 ਮੇਰਾ ਕੁਛ
ਸ਼ਾਹਾਂ ਜੇ ਤੇ ਦੁਨੀਆ ਨਾ ਭਰਿਆ ਤਾਂ ਮੇਰੀਆਂ ਕਹਿੰਦੇ ਸੱਜਣਾ ਉਹ ਬੱਚੂ ਉਹ ਯਾਰ ਅੱਜ ਤੇਰੀਆਂ ਫਰਿਆਦਾਂ ਸੁਣੀਆਂ ਸੁਣਾ ਕੇ ਮਖਾ ਦਾਤਾ ਉਹ ਤੈਨੂੰ ਦੁਖੀਆ ਦੁੱਖ ਸੁਣਾਏ ਤੈਨੂੰ ਦੁਖੀਆ ਦੁੱਖ ਸੁਣਾਏ ਤੈਨੂੰ ਉਹ ਤੈਨੂੰ ਦੁਖੀਆ ਦੁੱਖ ਸੁਣਾਏ ਤੈਨੂੰ ਦੁਖੀਆ ਦੁੱਖ ਸੁਣਾਏ ਪੱਲੂ ਮੇਰਾ ਦੇ ਛਡਵਾਏ ਪੱਲੂ ਮੇਰਾ ਦੇ ਛਡਵਾਏ ਪੱਲੂ ਉਹ ਪੱਲੂ ਮੇਰਾ ਦੇ ਛਡਵਾਏ ਪੱਲੂ ਮੇਰਾ ਦੇ ਛਡਵਾਏ ਸਮਝ ਗਏ ਦੁਖੀਆ ਦੁੱਖ ਸੁਣਾਏ ਆ ਮੇਰਾ ਪੱਲੂ ਛਡਵਾ ਦੇ ਇਹ ਕਿੱਥੇ ਫਸਿਆ ਵਾ ਗਰੂਨਿਆਂ ਵਿੱਚ ਨਹੀਂ ਹੈ ਮਲਿਆਂ ਵਿੱਚ ਨਹੀਂ ਫਸਿਆ ਵਾ ਕਿੱਕਰਾਂ ਦੇ ਕੰਡਿਆਂ ਵਿੱਚ ਨਹੀਂ ਫਸਿਆ ਵਾ ਕਿੱਥੇ ਫਸਿਆ ਵਾ ਕਹਿੰਦੇ ਹੈ ਮੈਂ ਕਿਹਾ ਮਹਾਰਾਜ ਹੋ ਕੇਰਾ ਪਾਕੇ ਬੈਠੀਆਂ ਮੈਨੂੰ ਮੋਹ ਮਾਇਆ ਦੀਆਂ ਢੇਰੀਆਂ ਕੇਰਾ ਪਾਕੇ ਬੈਠੀਆਂ ਮੈਨੂੰ ਮੋਹ ਮਾਇਆ ਦੀਆਂ ਢੇਰੀਆਂ ਕੇਰਾ ਪਾਕੇ ਬੈਠੀਆਂ ਮੈਨੂੰ ਮੋਹ ਮਾਇਆ ਦੀਆਂ ਢੇਰੀਆਂ ਆ ਕੇਰਾ ਪਾਕੇ ਬੈਠੀਆਂ ਮੈਨੂੰ ਮੋਹ ਮਾਇਆ ਦੀਆਂ ਢੇਰੀਆਂ ਸ਼ਹਿਨ ਸ਼ਾਹ ਜੇ ਤੈ ਸੁਣੀਆਂ ਨਾ ਭਰਿਆਦਾ ਮੇਰੀਆਂ ਸ਼ਹਿਨ ਸ਼ਾਹ ਜੇ ਤੈ ਸੁਣੀਆਂ ਨਾ ਭਰਿਆਦਾ ਮੇਰੀਆਂ ਐਸਾ ਰੰਗ ਚੜਾ ਦੇ ਮੈਨੂੰ ਐਸਾ ਰੰਗ ਚੜਾ ਦੇ ਮੈਨੂੰ ਹੁਣ ਮੈਨੂੰ ਐਸਾ ਰੰਗ ਚੜਾ ਦੇ ਮੈਨੂੰ ਐਸਾ ਰੰਗ ਚੜਾ ਦੇ ਕਿਹੜਾ ਰੰਗ ਅਰਜ ਕੀਤੀ ਮੈਂ ਤਾਂ ਮੈਨੂੰ ਇੱਦਾਂ ਦਾ ਰੰਗ ਚੜਾ ਦੇ ਕਹਿ ਕਿੱਦਾਂ ਦਾ ਸ਼ਹਿਨਸ਼ਾਹ ਓ ਮੈਂ ਹਾਂ ਕਊਆ ਹੰਸ ਬਣਾ ਦੇ ਮੈਂ ਹਾਂ ਕਊਆ ਹੰਸ ਬਣਾ ਦੇ ਮੈਂ ਹਾਂ ਓ ਮੈਂ ਹਾਂ ਕਊਆ ਹੰਸ ਬਣਾ ਦੇ ਮੈਂ ਹਾਂ ਕਊਆ ਹੰਸ ਬਣਾ ਦੇ ਮੈਂ ਹਾਂ ਫਿਰ ਮੋਤੀ ਚੁਗਣੇ ਸਿੱਖ ਲਾਉਣਾ ਗੰਦਗੀ ਦੀਆਂ ਫੋਲਾਂ ਤੇਰੀਆਂ ਮੋਤੀ ਚੁਗਣੇ ਸਿੱਖ ਲਾਉਣਾ ਗੰਦਗੀ ਦੀਆਂ ਫੋਲਾਂ ਤੇਰੀਆਂ ਅਰਜ਼ ਕੀਤੀ ਹੈ ਮੋਤੀ ਚੁਗਣੇ ਮੈਨੂੰ ਆ ਜਾਣ ਮੋਤੀ ਚੁਗਣੇ ਸਿੱਖ ਲਵਾਂ ਮੈਂ ਕੁਆੜ ਖੁਆੜ ਖਾਣਾ ਵਰਤਣਾ ਬੰਦ ਕਰ ਦਵਾਂ ਮੋਤੀ ਚੁਗਣੇ ਸਿੱਖ ਲੂ ਨਾ ਗੰਦਗੀ ਦੀਆਂ ਫੋਲਾਂ ਉਹ ਮੋਤੀ ਚੁਗਣੇ ਸਿੱਖ ਲਉ ਨਾ ਗੰਦਗੀ ਦੀਆਂ ਫੋਲਾਂ ਤੇਰੀਆਂ ਮੋਤੀ ਗੰਦਗੀ ਦੀਆਂ ਫੋਲਾਂ ਬੋਲਾ ਦੇ ਉਹ ਗਊਆਂ ਵਾਲਿਆ
ਅਜੇ ਤੈ ਸੁਣੀਆਂ ਨਾ ਪਰ ਯਾਦਾਂ ਮੇਰੀਆਂ ਮੰਮਾ ਵਾਲੇ ਅਜੇ ਤੈ ਸੁਣੀਆਂ ਨਾ ਪਰ ਯਾਦਾਂ ਮੇਰੀਆਂ ਕੁਛ ਨੀ ਜਾਣਾ ਦੁਨੀਆ ਕਰੂੰ ਬੁਰਾਈਆਂ ਤੇਰੀਆਂ ਮੇਰਾ ਕੁਛ ਨੀ ਜਾਣਾ ਦੁਨੀਆ ਕਰੂੰ ਬੁਰਾਈਆਂ ਤੇਰੀਆਂ ਹੁਣ ਜੇ ਨਾ ਦੱਸੇ ਪ੍ਰੇਮ ਨਜ਼ਾਰੇ 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 ਰਹੀ ਨੂੰ ਆ ਲੋਕੀ ਦੇਣਗੇ ਦਾਨੇ ਸਾਰੇ ਲੋਕੀ ਦੇਣਗੇ ਦਾਨੇ ਸਾਰੇ ਲੋਕੀ ਤਾਨੇ ਸਾਨੂੰ ਵੱਜਣੇ ਮੈਂ ਕਿਹਾ ਮਹਾਰਾਜ ਮੈਨੂੰ ਕੌਣ ਜਾਣਦਾ ਫਿਰ ਘਰ ਘਰ ਗੱਲਾਂ ਹੋਣੀਆਂ ਤੇਰੀਆਂ ਕੁਛ ਕੁਛ ਹੋਣੀਆਂ ਮੇਰੀਆਂ ਘਰ ਘਰ ਗੱਲਾਂ ਹੋਣੀਆਂ ਤੇਰੀਆਂ ਕੁਛ ਕੁਛ ਹੋਣੀਆਂ ਮੇਰੀਆਂ ਹੋ ਘਰ ਘਰ ਗੱਲਾਂ ਹੋਣੀਆਂ ਤੇਰੀਆਂ ਕੁਛ ਕੁਛ ਹੋਣੀਆਂ ਮੇਰੀਆਂ ਘਰ ਘਰ ਗੱਲਾਂ ਤੇਰੀਆਂ ਕੁਛ ਕੁਛ ਹੋਣੀਆਂ ਮੇਰੀਆਂ ਫਿਰ ਮੇਰਾ ਕੁਛ ਨੀ ਜਾਣਾ ਦੁਨੀਆ ਕਰੂੰ ਬੁਰਾਈਆਂ ਤੇਰੀਆਂ ਮੇਰਾ ਕੁਛ ਨੀ ਜਾਣਾ ਦੁਨੀਆ ਕਰੂੰ ਬੁਰਾਈਆਂ ਵਾਹ ਤੈਨੂੰ ਦੱਸੇ ਦੁੱਖ ਨਵਾਣਾ ਤੈਨੂੰ ਦੱਸੇ ਦੁੱਖ ਨਵਾਣਾ ਤੈਨੂੰ ਤੈਨੂੰ ਦੱਸੇ ਦੁੱਖ ਨਵਾਣਾ ਤੈਨੂੰ ਦੱਸੇ ਦੁੱਖ ਨਵਾਣਾ ਇਹ ਰਾਜੂ ਮਾਜਰੀਆ ਮਰ ਜਾਣਾ ਰਾਜੂ ਮਾਜਰੀਆ ਮਰ ਜਾਣਾ ਸਾਰਾ ਪਿੰਡ ਤੱਕ ਜਾਣਾ ਇਹ 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 ਮਹਾਰਾਜ ਦਾ ਚੁੱਪ ਹੋ ਗਏ ਇਕਦਮ ਕਹਿੰਦਾ ਇਹਦਾ ਮਤਲਬ ਤੁਸੀਂ ਇਕੱਠੇ ਹੋ ਕੇ ਆਏ ਬੈਜ ਹਮਲਾ ਕਰਨ ਸ਼ਹਿਨਸ਼ਾਹ ਨਹੀਂ ਐਸੀ ਕੋਈ ਗੱਲ ਨਹੀਂ ਅਸੀਂ ਫਰਿਆਦ ਕਰਦੇ ਹਾਂ ਵੀ ਸਾਡੀ ਮੰਨ ਲਓ ਮਹਾਰਾਜ ਮੰਨ ਲਓ ਕਿਉਂ ਅਗਰ ਮੈਂ ਨਹੀਂ ਮੰਨਦਾ ਫਿਰ ਮੈਨੂੰ ਲੱਗਦਾ ਦਾਵਾ ਠੋਕਣਗੇ ਨਹੀਂ ਸ਼ਹਿਨਸ਼ਾਹ ਮੈਂ ਰਕਵੇ ਵਾਲੇ ਨੌਂ ਦੱਸ ਦੇਣਾ ਜੇ ਨਾ ਸੁਣੀਆਂ ਮੇਰੀਆਂ ਰਕਵੇ ਵਾਲੇ ਨੌਂ ਦੱਸ ਦੇਣਾ ਜੇ ਨਾ ਸੁਣੀਆਂ ਮੇਰੀਆਂ ਫਰਕ ਵੇ ਵਾਲੇ ਨਾ ਦੱਸ ਦੇਣਾ ਜੇ ਨਾ ਦੁਨੀਆਂ ਮੇਰੀਆਂ
ਬੰਦੀ ਛੋੜ ਮਹਾਰਾਜ ਕੀ ਜੈ ਗੰਗਾ ਵਾਲੀ ਸਰਕਾਰ ਕੀ ਜੈ ਕਾਸ਼ੀ ਵਾਲੀ ਸਰਕਾਰ ਕੀ ਜੈ ਸਵਾਮੀ ਗੰਗਾ ਨੰਦ ਜੀ ਮਹਾਰਾਜ ਕੀ ਜੈ ਸਤ ਸਾਹਿਬ ਸਤ ਸਾਹਿਬ ਸਤ ਸਾਹਿਬ ਹੋਰ ਲੈਣਾ ਹਲੇ ਜਦੋਂ ਇਨਸਾਨ ਦੁਖੀ ਹੁੰਦਾ ਅੱਜ ਕੱਲ੍ਹ ਦੇ ਦੁੱਖ ਦਲਿੱਦਰ ਇੱਦਾਂ ਦੇ ਘਰ ਦੇ ਵਿੱਚ ਪੈ ਜਾਇਆ ਕਰਦਾ ਪਤਾ ਕਿਆ ਹੁੰਦਾ ਸੇਵਾ ਬਹੁਤ ਹੁੰਦੀ ਜੀਵ ਦੀ ਬੜੀ ਸੇਵਾ ਹੁੰਦੀ ਹੈ ਜੀਵ ਦੀ ਜੇ ਲੰਬਾ ਪੀਣਾ ਪੈ ਜਾਵੇ ਪਤਾ ਕਿਆ ਹੁੰਦਾ ਉਸ ਮਰੀਜ਼ ਕੋਲੋਂ ਪਰਮਾਤਮਾ ਕਿਸੇ ਨਾਲ ਇਹ ਕਰੇ ਨਾ ਉਹਦਾ ਸਰੀਰ ਵੀ ਬਦਬੋਹ ਮਰਨ ਲੱਗ ਜਾਂਦਾ ਉਹਦੇ ਕੋਲ ਦਵਾਈ ਦੇਣ ਵਾਸਤੇ ਵੀ ਜਾਣ ਵਾਲਾ ਕਚਿਆਂਦਾ ਉਹ ਕਹਿੰਦਾ ਮੈਂ ਨਹੀਂ ਜਾਣਾ ਤੂੰ ਜਾਏ ਜਾਣ ਘਾਹ ਮਹਿ ਲਿਆ ਵੱਢ ਕੇ ਬੋਲੋ ਬੰਦੀ ਛੋੜ ਅੱਛਾ ਉਹ ਅਣਜਾਣ ਨਹੀਂ ਹੁੰਦਾ ਉਹ ਸਾਰੀ ਗੱਲ ਸਮਝ ਜਾਇਆ ਕਰਦਾ ਪਿਆ ਮੰਜੇ 'ਤੇ ਪੇਸ਼ ਨਹੀਂ ਜਾਂਦੀ ਉਹ ਆਵਾਜ਼ ਜਿਹਨੂੰ ਮਾਰਦਾ ਉਹ ਨਹੀਂ ਆਉਂਦਾ ਵਾ ਦੂਏ ਨੂੰ ਕਹਿੰਦਾ ਤੂੰ ਜਾ ਜਾ ਮੈਂ ਲਿਆਉਣਾ ਬਾਜਰਾ ਉਹ ਕਹਿੰਦਾ ਯਾਰ ਮੈਂ ਲਿਆਉਣਾ ਜੀ ਸੇਵਾ ਤੂੰ ਕਰਦੇ ਕਿਉਂਕਿ ਅੰਦਰ ਜਾਂਦਿਆਂ ਸਮਾਂ ਬਹੁਤ ਲੰਬਾ ਹੋ ਗਿਆ ਸਰੀਰ ਨਹੀਂ ਬਿਮਾਰੀ ਇੱਦਾਂ ਦੀ ਫਿਰ ਕਿਆ ਹੋਇਆ ਫਿਰ ਕਿਆ ਹੋਇਆ ਜਦ ਕੋਈ ਕੋਲ ਨਹੀਂ ਜਾਂਦਾ ਉਹ ਸੋਚਦਾ ਵੀ ਰੱਬਾ ਇਹ ਕਿੱਦਾਂ ਮੈਂ ਤੇ ਤੰਗ ਹੋਵੇ ਸ਼ਹਿਨਸ਼ਾਹ ਮੈਨੂੰ ਆਰ ਪਾਰ ਕਰਨ ਵਾਲਾ ਕੌਣ ਹੈ ਇੱਕੋ ਸਾਈਂ ਹੈ ਇੱਕੋ ਸਾਈਂ ਹੈ ਜੋ ਰਹਿਮ ਕਰੂੰ ਕੌਣ ਹੈ ਉਹ ਸਾਈਂ ਫਿਰ ਜਿਹੜਾ ਖਸਮ ਬਣਾਇਆ ਹੁੰਦਾ ਆਪਣਾ ਜਿਹੜਾ ਆਪਣਾ ਖਸਮ ਸਾਈਂ ਬਣਾਇਆ ਹੁੰਦਾ ਖਾਸ ਖਸਮ ਤੱਕ ਕਹਿੰਦੇ ਹੁੰਦੇ ਨਾ ਉਹ ਤਾਂ ਰੋਮਣ ਤਾਂ ਹਾਂ ਮਾਰ ਜਿਨ੍ਹਾਂ ਦਾ ਬਾਲੀ ਕੋਈ ਨਾ ਝੂਠ ਤਾਂ ਨੀ ਇਹ ਗੱਲ ਲੱਗਦੀ ਹੈ ਮਨ ਦੇ ਵਿੱਚ ਡਰ ਪੈਂਦਾ ਕਿ ਨਹੀਂ ਵੀ ਬਾਕੀਆ ਕੋਈ ਸਹਾਰਾ ਹੋਣਾ ਚਾਹੀਦਾ ਅਗਰ ਨਹੀਂ ਬਣਾਇਆ ਕੋਈ ਪਤਾ ਕਿਆ ਹੁੰਦਾ ਉਹ ਤਾਂ ਉੱਜੜ ਜਾਂਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਉਹ ਤਾਂ ਉੱਜੜ ਜਾਂਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਉਹ ਤਾਂ ਉੱਜੜ ਜਾਂਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਓਏ ਉਹ ਤਾਂ ਉੱਜੜ ਜਾਂਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਭਾਈ ਉਹ ਤਾਂ ਉੱਜੜੇ ਰਹਿੰਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਉਹ ਤਾਂ ਉੱਜੜੇ ਰਹਿੰਦੇ ਬਾਗ ਜਿਨ੍ਹਾਂ ਦਾ ਮਾਲੀ ਕੋਈ ਨਾ ਬਿਨਾਂ ਸਹਾਰੇ ਤੇ ਉਹ ਬਾਗ ਦਾ ਫਿਰ ਉੱਜੜੇ ਰਿਹਾ ਕਰਦੇ ਕਹਿੰਦੇ ਹੁੰਦੇ ਇਸ਼ਾਰਾ ਕੀਤਾ ਮੈਂ ਇੱਕੋ ਲਾਈਨ ਬੋਲਣੀ ਇਹਦੇ ਵਿੱਚ ਸਿਰਫ ਜ਼ਿਆਦਾ ਨਹੀਂ ਕਹਿਣੀ ਉਹ ਜਿਹੜੇ ਗੁਰਾਂ ਦਾ ਨਾਮ ਤੇ ਆਉਂਦੇ 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 ਉਹਦਾ ਪਰਸਾ ਗੜ ਤਲ ਜਾਂਦੇ ਉਹਦਾ ਪਰਸਾ ਗੜ ਤਲ ਜਾਂਦੇ ਉਹਦਾ ਪਰਸਾ ਗੜ ਤਲ ਜਾਂਦੇ ਉਹਦਾ ਉਹੇ ਟਿਕਟਾਂ ਨਾਮ ਦੀਆਂ ਪਾਉਂਦੇ ਉਹੇ ਟਿਕਟਾਂ ਨਾਮ ਦੀਆਂ ਪਾਉਂਦੇ ਉਹੇ ਟਿਕਟਾਂ ਨਾਮ ਦੀਆਂ ਪਾਉਂਦੇ
ਸਤਸੰਗ ਵਿੱਚ ਜਾਣਗੇ ਤੁਹਾਨੂੰ ਇਹੀ ਆਦਤ ਬਣ ਜਾਣੀ, ਫਿਰ ਤੁਹਾਡਾ ਪ੍ਰੇਮ ਵੱਧਦਾ ਚਲੇ ਜਾਣਾ ਪਰਮਾਤਮਾ ਪ੍ਰਤੀ, ਫਿਰ ਤੁਸੀਂ ਆਪਣੇ ਆਪ ਸੋਚਣਗੇ ਕਿਉਂਕਿ ਸਾਈਂ ਤਾਂ ਹੀ ਬਣਾਉਣਾ ਪੈਣਾ, ਇੱਦਾਂ ਹੁੰਦੀ ਹੈ ਨਾ, ਜੇ ਆਉਣਗੇ ਲਗਨ ਲੱਗੂਗੀ ਤਦੇ ਗੱਲ ਬਣੂਗੀ, ਜੇ ਘਰੀਂ ਬੈਠੇ ਓਮ ਨਮੋ ਸ਼ੋ ਸਵਾਏ ਕਾਹਨੂੰ ਕਰਦੇ ਦੁਆ ਕਰਦੇ, ਹੁਣ ਤਾਂ ਮੋਬਾਈਲ ਟਿਕ ਟਿਕ ਟਰਨ ਹੁੰਦਾ, ਠੀਕ ਹੈ ਨਾ, ਫਿਰ ਨਹੀਂ ਗੱਲ ਬਣਨੀ ਪਈ। ਲੇਕਿਨ ਮੈਨੂੰ ਐਂ ਲੱਗਦਾ ਜਿਹੜੀ ਤੁਹਾਡੀ ਮਾਸੀ ਹੈ ਤੁਹਾਡੇ ਇਸ ਰੰਗ ਢੰਗ ਨੂੰ ਦੇਖ ਕੇ ਮੈਨੂੰ ਐਂ ਲੱਗਦਾ ਟਿਕਟਾਂ ਨਾਮ ਦੀਆਂ ਪਾਉਣ ਦੀ ਤੁਹਾਨੂੰ ਲੋੜ ਹੀ ਨਹੀਂ ਲੱਗਦੀ, ਮੈਨੂੰ ਤਾਂ ਲੱਗਦਾ ਸਭ ਨੇ ਉਹ ਲੱਗਦਾ ਸਾਰੇ ਟਿਕਟਾਂ ਵਾਲੇ ਇਨਾਮ ਵਿੱਚ ਖਾਲੀ ਕੋਈ ਨਾ, ਲੱਗਦਾ ਸਾਰੇ ਟਿਕਟਾਂ ਵਾਲੇ ਇਨਾਮ ਵਿੱਚ ਖਾਲੀ ਕੋਈ ਨਾ, ਲੱਗਦਾ ਵਾਲੇ ਇਨਾਮ ਵਿੱਚ ਖਾਲੀ ਕੋਈ ਨਾ। ਮਾਲੀ ਕੋਈ ਨਾ, ਉਹ ਤਾਂ ਉਜੜੇ ਰਹਿੰਦੇ ਬਾਗ ਜਨਾਂ ਦਾ ਮਾਲੀ ਕੋਈ ਨਾ, ਉਹ ਤਾਂ ਉਜੜੇ ਰਹਿੰਦੇ ਬਾਗ ਜਨਾਂ ਦਾ ਮਾਲੀ ਕੋਈ ਨਾ, ਉਹ ਤਾਂ ਉਜੜੇ ਰਹਿੰਦੇ ਬਾਗ ਜਨਾਂ ਦਾ ਮਾਲੀ ਕੋਈ ਨਾ। ਮੈਨੂੰ ਗੱਲ ਯਾਦ ਆ ਗਈ, ਤੁਸੀਂ ਐਂ ਨਾ ਕਦੇ ਸੋਚਿਓ ਮੈਂ ਕਈ ਜਗ੍ਹਾ ਝੂਠ ਓਏ ਸੋਣੀ ਝੂਠ ਵੀ ਬੋਲ ਜਾਂਦਾ। ਇੱਕ ਵਾਰ ਨਾ ਅਕਬਰ ਨੇ ਬੀਰਬਲੋਂ ਦੇਖਿਆ ਵੀ ਇਹ ਬਹੁਤ ਧੌਣ ਚੱਕ ਕੇ ਫਿਰਦਾ ਨੇ, ਟੌਰ ਨਾਲੇ ਅਲਝਾ ਲਿਆ ਲੋਕ ਉਹਨਾਂ ਦੇ ਕਹਿਣ 'ਤੇ, ਬਾਕੀ ਦੇ ਮੰਤਰੀਆਂ ਦੇ ਕਹਿਣ 'ਤੇ ਅਲਝਾ ਲਿਆ। ਕਹਿੰਦਾ ਇੱਧਰ ਆਓ, ਕਹਿੰਦਾ ਬੀਰਬਲ ਕੰਮ ਕਰਨ ਵਾਲਾ ਯਾਰ ਤੂੰ ਹੀ ਕਰ ਸਕਦਾ। ਕਹਿੰਦਾ ਮਾੜਾ ਦੱਸੋ, ਕਹਿੰਦਾ ਇੱਦਾਂ ਕਰ ਤੂੰ ਦਿੱਲੀ ਕਿੰਨੇ ਸਾਲ ਦੇ ਰਹਿੰਦਾ। ਕਹਿੰਦਾ ਜੀ ਸਾਡੇ ਬਾਬੇ ਦਾਦੇ ਇੱਥੇ ਜੰਮੇ। ਅੱਛਾ ਫਿਰ ਤਾਂ ਤੂੰ ਐਨ ਬਾਗ, ਮੈਂ ਕਹਿੰਦਾ। ਕਹਿੰਦਾ ਬੱਚੂ ਮੈਨੂੰ ਗਿਣ ਕੇ ਦੱਸ ਦਿੱਲੀ ਦੇ ਵਿੱਚ ਕਾਊਏ ਕਿੰਨੇ, ਕਾਊਏ ਕਿੰਨੇ ਦਿੱਲੀ 'ਚ, ਤੂੰ ਹੀ ਗਿਣ ਸਕਦਾ। ਉਂਗਲੀ ਉਹਨਾਂ ਨੇ ਲਾਈ ਵੀ ਤੀ ਬਾਕੀ ਦੇ ਵਜ਼ੀਰਾਂ ਨੇ ਵੀ ਮਹਾਰਾਜ ਨਾ ਇੱਦਾਂ ਅਲਝਾ ਕਿਤਨਾ। ਕਹਿੰਦਾ ਕੋਈ ਨਹੀਂ, ਉਹ ਚਲਾ ਗਿਆ। ਕਹਿੰਦਾ ਮਾੜਾ ਗੱਲੇ ਕੋਈ ਨਹੀਂ। ਕਹਿੰਦਾ ਮੈਨੂੰ ਛੁੱਟੀ ਚਾਹੀਦੀ, ਕਿਆ ਕਿੰਨੀ, ਕਿਆ 15 ਦਿਨਾਂ ਦੀ। ਕਹਿੰਦਾ ਹੋ ਗਈ, ਪਰ ਇੱਕ ਸੁਣ ਲਾ ਮਿੱਤਰਾ, ਜੇ ਝੂਠ ਬੋਲ ਗਿਆ ਜਾਂ ਗਲਤ ਨਿਕਲ ਗਿਆ ਤਾਂ ਤੇਰਾ ਹਾ ਉੜ ਜਾਊ ਸੀਸ। ਬੋਲੋ ਬੰਦੀ ਛੋੜ ਮਹਾਰਾਜ। ਅਗਰ ਤੂੰ ਸੱਚ ਬੋਲ ਗਿਆ ਤਾਂ ਬੱਚੂ ਉਹ ਇੱਕ ਦਿਨ ਤੇਰੇ ਲਈ ਇੰਨਾ ਹੋਊਗਾ, ਤੂੰ ਜਿੰਨਾ ਮਰਜ਼ੀ ਮਾਲ ਉਠਾਲੀ ਸਾਡੇ ਘਰ 'ਤੇ, ਜਿੱਦਾਂ ਮਰਜ਼ੀ ਤੂੰ ਆਪਣੇ ਆਪ ਧੋ ਲਈ ਤੇਰੇ ਲਈ ਖੁੱਲ੍ਹ ਹੋਊਗੀ, ਹੁਣ ਤੂੰ ਬਸ ਅੰਦਾਜ਼ਾ ਆਪੇ ਲਾ ਲਈ। ਕਹਿੰਦਾ ਜੀ ਕਬੂਲ ਹੈ, ਛੁੱਟੀ ਦੇ ਦਿਓ। 15 ਦਿਨ ਦੀ ਛੁੱਟੀ ਮਿਲ ਗਈ, ਛੁੱਟੀ ਲਈ ਘਰੀ ਚਲਾ ਗਿਆ। ਜਾ ਕੇ ਨਿਆਣਿਆਂ ਕਹਿੰਦੇ ਚਲੋ ਜਾਣਾ ਮੌਸੀ ਗਏ, ਚਲੋ ਜਾਈ ਓ ਕੇ ਪਾਪਾ ਡਿਊਟੀ। ਉਹ ਕਹਿੰਦਾ ਤੂੰ ਕਹਿ ਲੈਣਾ ਇਸ ਗਲਤੀ, ਮੌਸੀ ਗਏ ਤੂੰ ਜੋ ਫਿਰ ਭੂਆ ਕੇ ਚਲਾ ਗਿਆ, ਤੂੰ ਫਿਰ ਚਲਾ ਗਿਆ ਹੋਰ ਗੁਜ਼ਰ। ਯਾਨੀ ਕਿ ਜੀ 15 ਦਿਨ ਨੂੰ ਬਿੰਦਰਾਵਨ ਚਲੇ ਗਏ ਨਹਾਉਣ ਘੁੰਮਣ ਸੈਰ ਕਰਨ ਹਰਿਦੁਆਰ, 15 ਦਿਨ ਘੁੰਮ ਫਿਰ ਕੇ ਲਾ ਤੋ। ਨਹੀਂ ਪਾਪਾ ਤੈਨੂੰ, ਕਹਿੰਦੇ ਤੁਸੀਂ ਕਹਿ ਲੈਣਾ ਮੌਜਾਂ ਲੈ ਲਓ, ਨਹੀਂ ਵੀ ਇੱਕ ਘੰਟੇ ਦਾ ਵੀ ਟਾਈਮ ਤਾਂ ਮਿਲਿਆ ਕਰਦਾ। ਇਹ ਗੱਲ ਹੀ ਛੂਤ ਆਈ ਵੀ ਕਹਿ ਮੇਰੇ, ਚਲੋ 15ਵੇਂ ਦਿਨ ਜਾਣਾ ਤਾਂ ਸੋਚਿਆ ਵੀ ਅੱਛਾ ਕੋਈ ਨਹੀਂ ਚਲਾ ਗਿਆ। ਹਾਂ ਬਈ ਹੱਲਾ ਪੈ ਗਿਆ ਵੀ ਆ ਗਿਆ ਆ ਗਿਆ, ਸਵਾਲ ਦਾ ਜਵਾਬ ਲੈ ਕੇ। ਕਹਿੰਦਾ ਵੀ ਲਿਆ, ਕਹਿ ਲਿਆ ਭਾਈ, ਕਹਿ ਦੱਸ ਤੂੰ ਜਵਾਬ ਲਿਆ। ਮੈਂ ਫਿਰ ਲੱਗੀ, ਕਹਿੰਦਾ ਮਾੜਾ ਲਿਆ। ਹਾਂ ਬਈ, ਕਹਿੰਦਾ ਸ਼ਰਤਾਂ ਮਨਜ਼ੂਰ ਹੈ? ਕਹਿੰਦਾ ਜੀ ਬਿਲਕੁਲ, ਮੈਂ ਰੋਟੀ ਖਾਇਆ ਘਰੀ ਵੀ, ਅੱਜ ਜਿਹੜੀ ਖਾਣੀ ਦੀ ਖਾਇਆ ਆ, ਗਾਂ ਦੀ ਐਡੀ ਸਟੇਜ 'ਤੇ ਪਵੇ ਤੂੰ ਆਪਣੀ ਤਲਵਾਰ ਨੰਗੀ ਕਰ ਲੈ, ਠੀਕ ਹੈ? ਕਹਿੰਦਾ ਠੀਕ ਹੈ, ਬੋਲ ਫਿਰ ਕੀ ਤੂੰ ਜਵਾਬ ਲਿਆ। ਕਹਿੰਦਾ ਜੀ ਪੁੱਛੋ।
ਕਹਿੰਦਾ ਦੱਸ ਵੀ ਕਿੰਨੇ ਕਾਂ ਦਿੱਲੀ ਦੇ ਵਿੱਚ? ਲਿਖਣ ਵਾਲਾ ਕੋਲ ਬਹਿ ਕਹਿੰਦਾ 23,060 23,060 ਕਹਿੰਦਾ 23,060 ਕਹਿੰਦਾ ਹੈ, ਕਹਿੰਦਾ ਪੱਕੀ ਗੱਲ? ਕਹਿੰਦਾ ਕਹਿੰਦਾ ਲਿਖ ਲਓ ਜੀ ਲਿਖ ਲਓ, ਅਗਰ ਕੋਈ ਫਰਕ ਪੈ ਗਿਆ ਮੈਂ ਜ਼ਿੰਮੇਵਾਰ ਹਾਂ। ਕਹਿੰਦਾ ਸਿਰ ਉੜਨਾ ਤੇਰਾ, ਆਪਣਾ ਆਪ ਵਿਚਾਲੀ ਬੱਚੂ। ਕਹਿੰਦਾ ਜੀ ਮੈਨੂੰ ਅੱਗੇ ਤਿਆਰੀ ਕਰਕੇ ਆਇਆ, ਮੈਂ ਤੁਹਾਨੂੰ ਦੱਸਿਆ 23,060। ਕਹਿੰਦਾ 15 ਦਿਨਾਂ ਦੇ ਵਿੱਚ 15 ਰੋਲਾਂ ਪਾਤੀਆਂ ਮੈਂ ਮੁੜ ਮੁੜ ਕੇ ਗਿਣਦਾ ਤਾ ਵੀ ਕਿਤੇ ਗਲਤੀ ਨਾ ਕੋਈ ਰਹੀ। 15 ਦਿਨ ਤਾਂ ਹੀ ਮੰਗੇ ਤੇ 15 ਦਫ਼ਾ ਮੈਂ ਦਿੱਲੀ ਦੇ ਕਾਂ ਗਿਣ ਚੁੱਕਿਆ ਮਹਾਰਾਜ 23,060। ਤੁਸੀਂ ਗਿਣੋ ਤਾਂ ਘਟਾਣੇ ਕੱਲ੍ਹ ਨੂੰ ਕਿੰਨੀ ਦੇਖਾ ਗਿਣ ਗਿਣੂਗੇ? ਨਹੀਂ ਗਿਣ ਸਕਦੇ। ਚਲੋ ਉਹਨੇ ਗਿਣਿਆ ਦਿੱਲੀ ਦੇ। ਅੱਛਾ ਕਹਿੰਦਾ ਫੈਸਲਾ ਮੁੱਕ ਗਿਆ ਤਾਂ ਉਹ ਜਿਹੜਾ ਕੋਲ ਵਜ਼ੀਰ ਖੜਾ ਸਾ ਵੀ ਤਾਂ ਪੰਗਾ ਪੈ ਗਿਆ ਤਾਂ ਗਿਣਿਆ ਰਾਜਾ ਮਨ ਮੰਨਦਾ ਗੱਲ ਨੂੰ ਜੀ ਨੂੰ ਉਂਗਲੀ ਲਾਈ ਵੀ ਤਾਂ ਕਾਂਦੇ ਚੋਲੀਆਂ। ਕਹਿੰਦਾ ਮਹਾਰਾਜ ਕਹਿੰਦਾ ਹਾਂ ਕਹਿੰਦੇ ਇਹਨੂੰ ਐਂ ਪੁੱਛ ਵੀ ਜੇ ਕੋਈ ਵੱਧ ਹੋਇਆ ਘੱਟ ਹੋਇਆ ਤਾਂ? ਹਾਂ ਕਹਿੰਦਾ ਵੀ ਵੀਰ ਗੱਲ ਸੁਣ, ਮੈਂ ਆਪਣੇ ਬੰਦੇ ਭੇਜਣੇ ਚੈਕਿੰਗ ਵਾਸਤੇ, ਬੋਲਣਾ ਨਹੀਂ ਵੀ ਜਿਹੜਾ 2 ਮਿੰਟ ਮੈਨੂੰ ਭੌਂਕ ਲੈਣ ਦਿਓ ਜੇ ਤੱਕ 2 ਮਿੰਟ ਦੀ ਗੱਲ ਹੈ। ਕਹਿ ਜੇ ਭਲਾ 23,060 ਦੇ ਵਿੱਚ ਜੇ ਕੋਈ ਵੱਧ ਗਿਆ ਮੈਂ ਆਪਣੀ ਟੀਮ ਭੇਜਣੀ 50 ਬੰਦੇ ਗਿਣਨ ਵਾਸਤੇ, ਅਗਰ ਵੱਧ ਗਿਆ ਫਿਰ ਦੇਖ ਲੈ ਤੇਰਾ ਕਿਆ ਫਿਰ ਕਿਆ ਹੋਊਗਾ? ਕਹਿੰਦਾ ਜੀ ਵੱਧ ਸਕਦਾ। ਕਹਿੰਦਾ ਉਹ ਕਿਵੇਂ ਹੋਏ? ਕਹਿੰਦਾ ਜੀ ਕੋਈ ਪ੍ਰਾਹੁਣਾ ਵੀ ਆ ਸਕਦਾ ਉਹਨਾਂ ਦੇ, ਜਿੱਦਾਂ ਸਾਡਾ ਸਮਾਜ ਹੈ ਉਹ ਇਹਨਾਂ ਦਾ ਵੀ ਸਮਾਜ ਹੈ। ਕਹਿੰਦਾ ਪੰਛੀ ਹੈ। ਕਹਿੰਦਾ ਫਿਰ ਇੱਕ ਕਾਗਾ ਮਾਰ ਦੇ ਜੇ ਨਾ ਫਰੀਦਾਬਾਦ ਦੇ ਵੀ ਇੱਥੇ ਪਹੁੰਚ ਜਾਣ ਹੋਣੀ 1/2 ਘੰਟੇ ਦੇ ਵਿੱਚ।